ਜਾ ਰਹੇ ਜੀ ਯਾਟ ਕਲੱਬ ਤੋਂ ਵਾਪਸ ਮਰੀਨਾ ਕਰੂਜ਼। ਡਿਨਰ ਹੁੰਦਾ ਰਾਤ ਨੂੰ, ਜਾ ਕੇ ਰੈਸਟ ਕਰੀਏ, ਮਾਰਨਿੰਗ ਦੇ ਨਿਕਲੇ ਵੇ। ਐਕਚੁਅਲੀ ਕੋਈ ਐਕਸੀਡੈਂਟ ਹੋਇਆ ਲੱਗਦਾ ਕਿਉਂਕਿ ਇਹ ਵੀਆਈਪੀ ਐਂਟਰੀ ਹੈ ਇਹਦੀ ਵੀ। ਸ਼ੋਪਿੰਗ ਕਰਨੀ ਅੱਜ, ਇਹ ਲਿਆ ਬੇਟਾ ਡੇ ਟੂ ਡੇ ਸਟੋਰ ਤੇ। ਫਿਰ ਫਲਾਈਟ ਹੈ ਜੀ ਪੂਰਾ, ਫਿਰ ਸੈਲਡ ਕਾਊਂਟਰ ਲੱਗਿਆ ਵਾ, ਡਰਿੰਕ ਲੰਡਨ ਦੀ ਹੈ, ਇੰਗਲੈਂਡ ਦੀ ਹੈ। ਜਾ ਰਹੇ ਜੀ ਯਾਟ ਕਲੱਬ ਤੋਂ ਵਾਪਸ, ਹੁਣ ਇੱਥੋਂ ਨਿਕਲ ਗਏ। ਇਹ ਵੀ ਵਾਕਿੰਗ ਅੱਛੀ ਸੈਰ ਹੋ ਜਾਂਦੀ ਹੈ, ਸ਼ਾਮ ਪੈ ਗਈ ਪੂਰੀ। ਹੁਣ ਦੁਬਈ ਦੀ ਨਾਈਟ ਲਾਈਫ ਸ਼ੁਰੂ ਹੋ ਜਾਣੀ, ਲਾਈਟਾਂ ਹੀ ਲਾਈਟਾਂ ਹੋ ਜਾਣਾ ਭਾਅ ਜੀ ਉਰੇ ਨਾ ਪੂਰੀਆਂ। ਹਾਂ, ਅਤੇ ਇਹ ਕਿੰਨੀ ਦੇਰ ਤੱਕ ਚੱਲਦੇ ਜੀ ਰਾਤ ਨੂੰ ਫਿਰ ਇਹ ਯਾਟ ਜੇ? ਅੱਛਾ, ਇਹਨਾਂ ਦਾ ਕੋਈ ਲਿਮਿਟ ਨਹੀਂ ਹੈ ਵੀ, ਐਂ ਨਹੀਂ ਵੀ ਮੋਰਨਿੰਗ ਤੋਂ ਲੈ ਕੇ ਇੰਨੇ ਵਜੇ ਬੰਦ ਹੋ ਜਾਣਾ ਹੈ। ਠੀਕ ਹੈ ਠੀਕ ਹੈ ਠੀਕ ਹੈ। ਲਓ ਜੀ ਇਹ ਸਰਵਿਸ ਜਿਹੜੀ ਹੈ ਰਹਿੰਦੀ ਹੈ, ਹਰ ਟਾਈਮ ਇਹ ਚੱਲਦੀ, ਡਿਪੈਂਡ ਕਰਦਾ ਤੁਹਾਡੇ 'ਤੇ। ਸਾਰੇ ਖੜ੍ਹੇ ਹਾਂ ਦੇਖੋ, ਐਗਜ਼ੀਕਿਊਟਿਵ ਬੋਟ ਕਲੱਬ, ਵੱਖ ਵੱਖ ਕੰਪਨੀਆਂ ਦੇ ਆਪਣੇ ਆਪਣੇ ਹੈ ਯਾਟ, ਇਹ ਹਰੇਕ 'ਚ ਅਲੱਗ ਅਲੱਗ ਤਰ੍ਹਾਂ ਦੀਆਂ ਫੈਸਿਲਿਟੀਆਂ, ਹਰੇਕ ਦੇ ਅਲੱਗ ਅਲੱਗ ਤਰ੍ਹਾਂ ਦੇ ਰੇਟ ਹੈ। ਕਈ ਓਪਨ ਬੋਟਸ ਹੈ, ਜੇ ਤਾਂ ਸਰਦੀ ਦਾ ਮੌਸਮ ਹੋਵੇ ਤਾਂ ਤੁਸੀਂ ਓਪਨ ਦੇ ਵਿੱਚ ਰਾਈਡ ਕਰ ਸਕਦੇ ਹੈ, ਕਿਉਂਕਿ ਹੁਣ ਅਸੀਂ ਥੋੜ੍ਹਾ ਜਿਹਾ ਸ਼ਾਮ ਸੀਗੀ ਇਸ ਕਰਕੇ ਦੂਜੀ ਲਿੱਤੀ, ਏ ਸੀ ਉਸੀ ਲੱਗਿਆ ਹੋਇਆ ਸੀ ਉਹਦੇ ਸਭ ਕੁਛ। ਚਲੋ ਬਾਕੀ ਇਹ ਵੱਡਾ ਵੱਡਾ ਹੈ ਨਾ ਜੀ, ਇਹ ਜੇ ਕਾਫੀ ਜਾਣਾ ਹੋਣਾ ਮਤਲਬ ਉਹਨਾਂ ਲਈ। ਇਹ ਵੀ ਸ਼ਿਪ ਹੈ ਜੀ ਇੱਥੇ ਮਰੀਨਾ ਕਰੂਜ਼। ਡਿਨਰ ਹੁੰਦਾ ਰਾਤ ਨੂੰ ਇੱਥੇ, ਇਹਦੇ 'ਤੇ ਥੋੜ੍ਹਾ ਬਹੁਤਾ ਸ਼ੋਅ ਚੱਲਦਾ ਹੈ ਜਿਹਦੇ 'ਚ ਇਹ ਕੁਛ ਐਕਟੀਵਿਟੀਆਂ ਕਰਕੇ ਦਿਖਾਉਂਦੇ ਹੈ, ਅਤੇ ਫਿਰ ਇਹ ਸ਼ਿਪ ਨੂੰ ਸਮੁੰਦਰ ਦੇ ਵਿੱਚ ਅੰਦਰ ਲੈ ਜਾਂਦੇ ਥੋੜ੍ਹਾ ਜਿਹਾ ਘੁਮਾ ਕੇ। ਤੁਹਾਨੂੰ 2-2.5 ਘੰਟੇ ਦਾ ਅੱਛਾ ਹੁੰਦਾ ਇਹ ਟ੍ਰਿਪ, ਜਿਹਦੇ ਵਿੱਚ ਡਿਨਰ ਵੀ ਇੰਕਲੂਡ ਹੁੰਦਾ। 7-8 ਵਜੇ ਚੱਲਦਾ ਇਹ, ਉਹ ਤੋਂ ਬਾਅਦ 'ਚੋਂ ਨੀਅਰ ਅਬਾਊਟ 9:30 ਵਜੇ ਤੁਹਾਨੂੰ ਫ੍ਰੀ ਕਰ ਦਿੰਦੇ ਹਾਂ। ਦੇਖੋ ਉੱਪਰ ਜਿਵੇਂ ਉਹ ਚੱਲ ਰਿਹਾ, ਐਵੇਂ ਡਾਂਸ ਵਗੈਰਾ ਇਹ ਸਾਰਾ ਇਹਦੇ 'ਤੇ ਹੀ ਹੁੰਦਾ। ਇਹ ਵੀ ਅੱਛੀ ਐਕਟੀਵਿਟੀ ਇੱਥੇ ਕਰਨ ਲਈ, ਬਹੁਤ ਸਾਰੇ ਜਿਹੜੇ ਇੱਥੇ ਟੂਰ ਪੈਕੇਜਸ ਵਗੈਰਾ ਲੈ ਕੇ ਆਉਂਦੇ ਹਾਂ, ਉਹਨਾਂ ਦਾ ਇਸ ਨੂੰ ਪ੍ਰੈਫਰ ਕਰਦੇ ਹਾਂ ਅਸੀਂ ਵੀ, ਜਿਵੇਂ ਕਰਾਉਂਦੇ ਹਾਂ ਡਿਫਿਊਜ਼ਨ ਵਰਲਡ ਟੂਰ ਐਂਡ ਟਰੈਵਲ ਵੱਲੋਂ, ਸਾਡੇ ਇਹਦੇ 'ਚ ਵੀ ਇਹ ਇਨਕਲੂਡ ਹੁੰਦੀ ਹੈ। ਡਿਪੈਂਡ ਕਰਦਾ ਤੁਹਾਡੇ ਤੁਸੀਂ ਕਿਹੜਾ ਲੈ ਰਹੇ ਹੈ। ਡਾਓ ਕਰੂਜ਼ ਡਿਨਰ ਹੈ, ਮਰੀਨਾ ਹੈ, ਡਾਓ ਕਰੂਜ਼ ਦੂਜੀ ਸਾਈਡ ਹੈ, ਇਹ ਅਸੀਂ ਹੈਗੇ ਮਰੀਨਾ ਵਾਲੀ ਸਾਈਡ। ਇਹ ਥੋੜ੍ਹਾ ਜਿਹਾ ਲਗਜ਼ਰੀ ਟਾਈਪ ਆ ਜਾਂਦਾ ਇੱਧਰਲੀ ਸਾਈਡ, ਜਿਹੋ ਜਿਹਾ ਏਰੀਆ ਉਹੋ ਜਿਹਾ ਹੀ ਪ੍ਰਾਈਜ਼ ਹੈ ਦੁਬਈ ਦਾ, ਵੀ ਤੁਸੀਂ ਕਿਹੜੇ ਏਰੀਆ 'ਚ ਕਿਹੜੀ ਐਕਟੀਵਿਟੀ ਕਰਨੀ ਹੈ। ਇਹ ਆ ਗਈ ਜੀ ਮਾਲ ਦੀ ਐਂਟਰੈਂਸ, ਇੱਥੋਂ ਹੀ ਅਸੀਂ ਨਿਕਲੇ ਸੀ, ਇੱਧਰੋਂ ਹੀ ਯਾਟ ਲਿਆ ਸੀ ਅੱਗੇ ਜਾ ਕੇ ਵੱਖ ਵੱਖ ਕੰਪਨੀਆਂ ਦੇ। ਹੁਣ ਦੁਬਾਰੇ ਫਿਰ, ਕਿਉਂਕਿ ਗੱਡੀ ਸਾਡੀ ਅੱਗੇ ਖੜ੍ਹੀ ਹੈ ਮਾਲ ਦੀ ਐਂਟਰੀ 'ਤੇ ਪਰਲੀ ਸਾਈਡ ਤੋਂ, ਹੁਣ ਦੁਬਾਰੇ ਫਿਰ ਮਾਲ ਦੇ ਅੰਦਰ ਜਾ ਰਹੇ ਹਾਂ। ਇੱਕ ਵਾਰ ਤੁਹਾਨੂੰ ਫਿਰ ਵਿਊ ਦਿਖਾ ਦਾ ਮੈਂ ਇੱਧਰ ਦਾ ਪੂਰਾ ਘੁਮਾ ਕੇ, ਵੈਰੀ ਨਾਈਸ। ਲਓ ਜੀ ਨਿਕਲ ਗਏ ਇੱਥੋਂ, ਹੁਣ ਮਰੀਨਾ ਤੋਂ ਜਾ ਰਹੇ ਵਾਪਸ ਆਪਣੇ ਹੋਟਲ ਵੱਲ। ਰਾਤ ਵੀ ਹੋਣ ਵਾਲੀ ਹੈ ਤਕਰੀਬਨ, ਜਾ ਕੇ ਰੈਸਟ ਕਰੀਏ, ਮੋਰਨਿੰਗ ਦੇ ਨਿਕਲੇ ਵੇ। ਅੱਜ ਵੀ ਨਿੰਦੀ ਭਾਅ ਜੀ ਨੇ ਬਹੁਤ ਇੰਜੋਏ ਕਰਾਇਆ ਜੀ ਯਾਟ 'ਤੇ, ਕਿਹਾ ਹੋਰ 2-3 ਜਗ੍ਹਾ ਲੈ ਗਏ ਸੀ, ਪੂਰਾ ਫਨ ਕੀਤਾ। ਇਹ ਦੇਖੋ ਦੁਬਈ ਦਾ ਰਾਤ ਦਾ ਨਜ਼ਾਰਾ, ਫਲਾਈ ਓਵਰ ਕਿਵੇਂ ਉੱਪਰ ਤੋਂ ਉੱਪਰ, ਇੱਕ ਤੋਂ ਉੱਪਰ ਚੜੇ ਹੋਏ, ਪੂਰਾ ਡਿਸਟੈਂਸ ਬਣਾ ਕੇ ਬਣਾਉਂਦੇ ਆ ਇਹ ਸਕੀਮ ਵਾਲੇ। ਦੇਖੋ ਇਹ ਇਹਨਾਂ ਨੇ ਸਪੈਸ਼ਲ ਲਾਇਆ ਹੋਇਆ ਵੀ ਹੈ ਪੋਸਟਰ ਬਣਾ ਕੇ ਇੱਥੇ।
ਰਸ਼ ਬਹੁਤ ਹੈ ਜੀ, ਜਾਮ ਤਾਂ ਜਾਮ। ਸਲੋ ਸਲੋ ਗੱਡੀ ਚੱਲ ਰਹੀ ਹੈ ਪਰ ਚੱਲੀ ਜਾ ਰਹੀ ਕਿਉਂਕਿ 6 ਲਾਈਨ ਸੜਕ ਹੈ ਇੱਥੇ, ਫੇਲ ਨਹੀਂ ਹੁੰਦਾ ਜਾਮ ਦਾ ਇੰਨਾ। ਹੌਲੀ ਹੌਲੀ ਮੂਵ ਕਰੀ ਜਾਂਦੀਆਂ ਗੱਡੀਆਂ। ਰਾਤੀ ਵੀ ਇੱਧਰੋਂ ਹੀ ਗਏ ਸੀ ਜਦੋਂ ਆਬੂ ਤਾਂ ਹੈ ਜੀ। ਹਾਂ ਤੇ ਹੁਣ ਫੇਰ ਕਿਉਂਕਿ ਮਰੀਨਾ ਵੀ ਇੱਧਰ ਸੀ, ਕੱਲ੍ਹ ਅਸੀਂ ਆਬੂ ਧਾਬੀ ਤੋਂ ਗਏ। ਬਹੁਤ ਜਾਮ ਹੈ ਜੀ ਇੱਥੇ। ਐਕਚੁਅਲੀ ਕੋਈ ਐਕਸੀਡੈਂਟ ਹੋਇਆ ਲੱਗਦਾ ਕਿਉਂਕਿ ਇਹ ਜਿਹੜੀ ਪਿਲੀ ਪੱਟੀ ਹੈ ਸਾਈਡ 'ਤੇ ਚੱਲ ਰਹੀ ਹੈ, ਸਿਰਫ ਐਂਬੂਲੈਂਸ ਲਈ ਆ। ਹੁਣ ਐਂਬੂਲੈਂਸ ਨਿਕਲੀ ਇੱਥੋਂ ਅਤੇ ਜਦੋਂ ਗੱਡੀਆਂ ਸਾਈਡ ਹੋ ਜਾਂਦੀਆਂ, ਵੈਸੇ ਵੀ ਸਾਈਡ ਛੱਡੀ ਹੋਈ ਉਹਨਾਂ ਨੇ ਉਹਦੇ ਲਈ। ਬਾਕੀ ਇਹ ਦੇਖੋ ਅਸੀਂ ਤਾਂ ਫਿਰ ਵੀ ਇੱਥੇ ਲਾਈਟਿੰਗ ਵਗੈਰਾ ਨਜ਼ਾਰਾ ਦੇਖ ਰਹੇ ਦੁਬਈ ਦਾ। ਉਹ ਸਾਹਮਣੇ ਬੁਰਜ ਖਲੀਫਾ ਇੱਕ, ਇਹ ਦੇਖੋ ਆ ਗਈ ਰਾਤ ਦਾ ਮਿਊਜ਼ੀਅਮ ਆਫ ਦੀ ਫਿਊਚਰ। ਅੱਜ ਤਾਂ ਟਿਕਟ ਮਿਲੀ ਨਹੀਂ, ਕੱਲ੍ਹ ਮੋਰਨਿੰਗ ਇੱਥੇ ਆਉਂਗੇ ਕਿਉਂਕਿ ਇਹ ਔਨਲਾਈਨ ਬੁੱਕ ਕਰਾਉਣੀ ਪੈਂਦੀ ਹੈ, ਨਹੀਂ ਤਾਂ ਵੇਟਿੰਗ ਹੀ ਬਹੁਤ ਹੈ। ਬਟ ਇੱਕ VIP ਐਂਟਰੀ ਇਹਦੀ ਵੀ, ਉਹ ਦੇਖਦੇ ਜੀ ਸਵੇਰੇ ਟਰਾਈ ਕਰਦੇ ਜੇ ਬਣ ਗਈ ਗੱਲ ਤਾਂ ਬਣਾ ਹੀ ਦੇਣੀ ਵੈਸੇ ਤਾਂ ਗੱਲ। ਜਾਮ 'ਚ ਹੁਣ ਮਸਾਂ ਥੋੜ੍ਹਾ ਜਿਹਾ ਸਾਹ ਆਇਆ, ਹਾਲੇ ਵੀ ਵੈਸੇ ਸਪੀਡ ਉਵੇਂ ਚੱਲ ਰਹੀ ਗੱਡੀ ਦੀ। ਨਿਕਲ ਗਏ ਜੀ ਇੱਕ ਵਾਰ ਫਿਰ ਤੋਂ ਰਾਤ ਨੂੰ ਸ਼ੋਪਿੰਗ ਕਰਨੀ ਅੱਜ। ਹੁਣ ਚੱਲੇ 2-3 ਸਟੋਰਾਂ 'ਤੇ, ਇੱਕ ਸਾਹਮਣੇ ਸਾਡੇ ਕੈਰੀਫੋਰ ਹੈ, ਉਹ ਤੋਂ ਬਾਅਦ 'ਚੋਂ ਨੈਕਸਟ ਹੈਗਾ ਇਹ ਡੇ ਟੂ ਡੇ, 2 ਸਟੋਰ ਦੇਖਣੇ ਆ। ਇਹਨਾਂ 'ਤੇ ਜਾ ਕੇ ਦੇਖਦੇ ਹਾਂ ਕਿੰਨੇ ਵਜੇ ਤੱਕ ਓਪਨ ਰਹਿੰਦੇ ਆ ਅਤੇ ਕੀ ਜਾ ਕੇ ਬਾਏ ਕਰਦੇ ਹਾਂ, ਦਿਖਾਉਂਦੇ ਤੁਹਾਨੂੰ ਨਾਲੇ। ਕੈਰੀਫੋਰ ਤਾਂ ਬਿਲਕੁਲ ਸਾਡੇ ਹੋਟਲ ਦੇ ਬਿਲਕੁਲ ਫਰੰਟ 'ਤੇ ਹੀ ਹੈ, ਇੱਥੋਂ ਨਿਕਲਦੇ ਸਾਰੇ ਸਾਹਮਣੇ ਕੈਰੀਫੋਰ। ਆ ਗਏ ਜੀ ਹੋਟਲ ਤੋਂ ਬਾਹਰ, ਹੋ ਰਿਹਾ ਸਾਹਮਣੇ ਕੈਰੀਫੋਰ ਕਰਕੇ ਸਟੋਰ। ਹੁਣ ਇੱਕ ਇਹ ਹੈ ਇੱਥੋਂ ਸਿੱਧੀ ਤੁਸੀਂ ਐਵੇਂ ਰੋਡ ਵੀ ਨਹੀਂ ਕ੍ਰੋਸ ਕਰ ਸਕਦੇ ਵੀ ਇੱਥੇ ਸਾਹਮਣੇ ਦੇਖ ਕੇ ਇੱਥੋਂ ਕਰ ਲਈਏ, ਸਾਨੂੰ ਇਹਦੇ ਲਈ ਜੈਬਰਾ ਕ੍ਰੋਸਿੰਗ ਤੋਂ ਹੀ ਰੋਡ ਕ੍ਰੋਸ ਕਰਨੀ ਪੈਣੀ ਹੈ, ਇਸ ਕਰਕੇ ਜਾ ਰਹੇ ਹਾਂ ਅਸੀਂ ਸਿੱਧਾ। ਇਹ ਨਾਲ ਰਾਤ ਨੂੰ ਫਿਰ ਫੂਡ ਦੇ ਰੈਸਟੋਰੈਂਟ ਬੜੇ ਵਧੀਆ ਐਨ ਸ਼ਾਨਦਾਰ ਨੇ ਬਿਲਕੁਲ ਹੋਟਲ ਦੇ ਨਾਲ। ਅੱਗੇ 24/7 ਫਾਰਮੈਸੀ, ਦੇਸੀ ਦੇਸੀ ਕਰਕੇ ਲਿਖਿਆ ਵਾ ਇਹਨਾਂ ਨੇ ਤਾਂ ਕਿ ਬੰਦੇ ਅਟਰੈਕਟ ਹੋ ਕੇ ਅੰਦਰ ਆਉਣ ਅਤੇ ਖਾ ਪੀ ਕੇ ਜਾਣ। ਹੋ ਰਿਹਾ ਸਾਹਮਣੇ ਕੈਰੀਫੋਰ ਸਟੋਰ। ਇਹ ਸ਼ੋਪ 24 ਆਵਰ ਓਪਨ। ਲਓ ਜੀ ਇੱਥੋਂ ਜਾਣਾ ਹੁਣ, ਇਹ ਸਾਹਮਣੇ ਸਿਟੀ ਸੈਂਟਰ ਦਾਇਰਾ ਕੈਰੀਫੋਰ ਜਾਂ ਉਹ ਸਾਹਮਣੇ ਤੋਂ ਜੈਬਰਾ ਕ੍ਰੋਸਿੰਗ ਹੈ, ਉੱਥੋਂ ਅਸੀਂ ਕ੍ਰੋਸ ਕਰੂੰਗੇ ਰੋਡ। ਲਓ ਜੀ ਇਹ ਸਾਹਮਣੇ ਸਾਡੀ ਹੋ ਗਈ ਰੈੱਡ ਲਾਈਟ, ਹੁਣ ਥੋੜ੍ਹੀ ਦੇਰ ਵੇਟ ਕਰਨੀ ਪੈਣੀ। ਕਾਰ ਦੀ ਹੋ ਗਈ ਗ੍ਰੀਨ, ਜਦ ਤੱਕ ਸਾਹਮਣੇ ਸਾਡੀ ਰੈੱਡ ਲਾਈਟ ਹੋਏਗੀ ਤਾਂ ਅਸੀਂ ਜਾਊਂਗੇ। ਦੁਬਈ ਹੈ ਇੱਥੇ, ਅਸੀਂ ਕ੍ਰੋਸ ਨਹੀਂ ਕਰ ਸਕਦੇ ਕਿਉਂਕਿ ਫਾਈਨ ਬਹੁਤ ਮੋਟਾ ਹੈ, ਇਸ ਕਰਕੇ ਵੇਟ ਕਰੋ। ਜਾ ਰਹੇ ਜੀ ਪਾਰਕਿੰਗ ਦੇ ਵਿੱਚੋਂ ਹੁੰਦੇ ਹੋਏ ਕੈਰੀਫੋਰ ਨੂੰ।
ਗੱਡੀਆਂ ਗੱਡੀਆਂ ਯੂਕੋਨ GMC ਦਾ ਮਾਲ ਹੈ ਜੀ ਵੱਡਾ, ਇਹ ਵੀ ਇਹਦੇ ਅੰਦਰ ਕੈਰੀਫੋਰ ਦਾ ਸਟੋਰ ਹੈ। ਚੱਲ ਪਏ ਇੱਥੋਂ, ਫਸਟ ਫਲੋਰ 'ਤੇ ਜਾ ਰਹੇ। ਲੁੱਕ ਐਟ ਦਿਸ, ਇੱਕ ਮਾਲ। ਜਿਹੜੇ ਮਰਜ਼ੀ ਦੁਬਈ 'ਚ ਤੁਸੀਂ ਆ ਜਾਓ, ਹਰੇਕ ਦੀ ਫਰੈਗਰੈਂਸ ਨਾ ਜਿਹੜੀ ਅੰਦਰੋਂ ਬੜੀ ਜ਼ਬਰਦਸਤ, ਬਹੁਤ ਹੀ ਐਂਡ ਘੈਂਟ ਫਰੈਗਰੈਂਸ ਅੰਦਰੋਂ ਆਉਂਦੀ ਹੈ ਮਾਲ ਦੇ ਵਿੱਚੋਂ ਹੀ, ਪਤਾ ਲੱਗਦਾ ਤੁਹਾਨੂੰ ਕਿਸੇ ਜਗ੍ਹਾ ਆਏ ਹਾਂ ਤੁਸੀਂ। ਇਹ ਸਾਹਮਣੇ ਸਟੋਰ ਹੈ ਵੱਡਾ, ਸ਼ੋਪਿੰਗ ਕਰਨੀ ਹੈ ਹੁਣ। ਆ ਗਈ ਜੀ ਇੱਥੇ ਕੋਸਮੈਟਿਕ 'ਚ ਦੇਖਣ। ਇਹ ਲਿਆ ਬੇਟਾ ਬਾਸਕਿਟ, ਹੁਣ ਇਹਦੇ 'ਚ ਸ਼ੋਪਿੰਗ ਕਰਦੇ ਜਾਣਾ, ਭਰਦੇ ਜਾਣਾ। ਇਹਦੀ ਡੋਜ ਖੜੀ ਔਰੇਂਜ ਕਲਰ ਦੀ, ਤੁਸੀਂ ਜਾ ਰਹੇ ਹੋ ਸਾਹਮਣੇ ਡੇ ਟੂ ਡੇ ਸਟੋਰ ਹੈ, ਉੱਥੇ ਪਹੁੰਚਣਾ ਹੈ। ਸਿਟੀ ਸੈਂਟਰ ਤੋਂ ਨਿਕਲੇ ਪਹੁੰਚ ਗਏ ਜੀ ਡੇ ਟੂ ਡੇ ਸਟੋਰ 'ਤੇ। ਇੱਧਰੋਂ ਐਂਟਰੀ ਇਹਦੀ, ਆ ਗਏ ਜੀ ਕਰਿਆ ਸ਼ੋਪਿੰਗ ਰਾਤ ਨੂੰ, ਭਰ ਲਏ ਦੋ ਬੈਗ, ਇੱਕ ਮੈਡਮ ਕੋਲ ਹੈ। ਹੁਣ ਚੱਲੇ ਹੋਟਲ ਡਿਨਰ ਕਰਨਾ, ਉਹਦੇ ਟਾਈਮ ਜ਼ਿਆਦਾ ਹੋ ਗਿਆ, 10 ਵੱਜ ਗਏ ਰਾਤ ਦੇ। ਬਾਕੀ ਜਾ ਕੇ ਹਰੇ ਡਿਨਰ ਕਰਕੇ ਸੋ ਕੇ ਸਵੇਰੇ ਫਿਰ ਜਾਣਾ ਕਿਤੇ ਘੁੰਮਣ, ਮਾੜਾ ਮੋਟਾ ਦੇਖਦੇ ਬਾਕੀ ਕੱਲ੍ਹ ਦਾ ਕੀ ਸ਼ਡਿਊਲ ਬਣਦਾ, ਹੁਣ ਕਿੰਨਾ ਕੁ ਟਾਈਮ ਇੱਥੇ ਹਰੇ ਹੋਰ ਲੱਗਦਾ। ਫਿਰ ਫਲਾਈਟ ਹੈ ਜੀ ਉਸ ਤੋਂ ਬਾਅਦ ਤੋਂ ਸਵਿਟਜ਼ਰਲੈਂਡ ਦੀ, ਉੱਧਰ ਨਿਕਲ ਜਾਣਾ ਯੂਰੋਪ ਵੱਲ ਕੱਲ੍ਹ ਨੂੰ। ਚਲੋ ਜੀ ਆ ਗਏ ਡਿਨਰ ਲਈ। ਇਹ ਅੱਜ ਦੇ ਡਿਨਰ 'ਚ ਫਿਸ਼, ਗ੍ਰਿਲਡ ਫਿਸ਼ ਵਿਦ ਸੌਸ, ਇੱਧਰ ਪੂਰਾ ਫੇਰ ਸੈਲਡ ਕਾਊਂਟਰ ਲੱਗਿਆ ਵਾ ਜ਼ਬਰਦਸਤ, ਐਂਡ ਰਾਈਸ ਵਿਦ ਮਟਨ, ਰੋਸਟਡ ਚਿਕਨ ਵਿਦ ਮਸ਼ਰੂਮਸ, ਅਸੀਂ ਉਹਨੂੰ ਕਿਹਾ ਰੋਸਟਡ ਚਿਕਨ ਮੰਗਾਓ, ਐਂਡ ਪਾਸਤਾ, ਬੀਨਸ। ਇਹਦਾ ਡਿਜ਼ਰਟ ਇਹ ਡਿਨਰ 'ਚ, ਹੁਣ ਪਾਈਏ ਡਿਨਰ ਕਰੀਏ ਸ਼ੁਰੂ। ਇੱਧਰੋਂ ਸਟਾਰਟ ਫਸਟ ਆਈਟਮ ਤੋਂ, ਪਾ ਲਿਆ ਜੀ ਡਿਨਰ ਹੋ ਗਿਆ ਪਲੇਟ 'ਚ, ਹੁਣ ਛੱਕੀਏ ਇਹਨੂੰ। ਪਹਿਲੇ ਲੇਟ ਆ ਅਸੀਂ, ਬੱਚਿਆਂ ਨੇ ਤਾਂ ਇੱਧਰ ਆਪਣਾ ਕਰਿਆ ਵਾ ਸ਼ੁਰੂ ਪਹਿਲਾਂ ਹੀ। ਲਓ ਜੀ ਇਹ ਪ੍ਰਾਈਮ ਡਰਿੰਕ ਹੈ, ਇਹ ਬੱਚਿਆਂ ਨੇ ਪੀਣੀ ਸੀ ਡਿਨਰ ਤੋਂ ਬਾਅਦ, ਹੁਣ ਇਹ ਬਾਏ ਕਰਕੇ ਲੈ ਕੇ ਆਏ ਹਾਂ। ਇੱਥੋਂ ਸਾਹਮਣੇ ਸਟੋਰ ਸੀ, ਬਹੁਤ ਘੱਟ ਮਿਲਦੀ ਹੈ ਇੱਥੇ, ਕਿਤੇ ਬੱਚਿਆਂ ਨੇ ਸਾਹਮਣੇ ਮੌਲ 'ਚ ਦੇਖ ਲਿਆ ਸੀ, ਫਿਰ ਉਹ ਕਹਿੰਦੇ ਪੀਣੀ ਪੀਣੀ ਹੈ, ਮੈਂ ਕਿਹਾ ਚਲੋ ਕੋਈ ਨਹੀਂ, ਹੁਣ ਰਾਤ ਦਾ ਟਾਈਮ ਹੈ, ਲੈ ਆਈਏ ਜਾ ਕੇ, ਤਾਂ ਜਾ ਕੇ ਕਰ ਲਈ ਬਾਏ। ਬਾ ਹੁਣ ਡਿਨਰ ਕੀਤਾ ਵਾ, ਇਹ ਸੈਰ ਵੀ ਹੋ ਗਈ, ਹੁਣ ਜਾ ਕੇ ਸਿਰਫ ਸੋਣਾ ਹੀ ਹੈ, ਰੈਸਟ ਕਰਨੀ, ਅਤੇ ਕੱਲ੍ਹ ਮੋਰਨਿੰਗ ਹਾਫ ਡੇ ਇੱਥੇ ਘੁੰਮ ਕੇ ਫਿਰ ਉਸ ਤੋਂ ਬਾਅਦ 'ਚੋਂ ਨਿਕਲ ਜਾਣਾ ਜ਼ਿਊਰਿਕ ਸਵਿਟਜ਼ਰਲੈਂਡ ਵੱਲ। ਦਿਖਾ ਤਾ ਗਿਆ
ਲੋ ਜੀ ਇਹ ਲੈ ਕੇ ਆਏ ਪ੍ਰਾਈਮ ਕਿੱਥੇ ਦੀ ਹੈ ਇਹ ਡਰਿੰਕ ਲੰਡਨ ਦੀ ਹੈ ਇੰਗਲੈਂਡ ਦੀ ਹੈ ਅੱਛਾ ਕੇਐਸਆਈ ਜਰਮਨ ਪੌਲ ਇਹ ਜਿਹੜੇ ਲੈ ਕੇ ਆਇਆ ਸੀ ਕਾਰਡ ਜਾ ਕੇ ਦੁਬਈ ਮਾਲ ਤੋਂ ਦੇਖੋ ਪਹਿਲਾਂ ਮਲੇਸ਼ੀਆ ਜਾ ਕੇ ਵੀ ਲਿੱਤੇ ਸੀ ਨਾ ਬੜਾ ਘੁੰਮ ਕੇ ਉੱਥੇ ਸੀ ਕਿਹੜਾ ਮਾਲ ਸੀ ਉਹ ਆਈ ਓ ਆਈ ਮਾਲ ਤੋਂ ਮਲੇਸ਼ੀਆ 'ਚ ਉਤਰਾ ਜਾਇਆ 'ਚ ਸੀ ਉਹ ਹੁਣ ਇੱਥੇ ਦੁਬਈ ਮਾਲ 'ਚ ਲਿੱਤੇ ਹੈ ਕਾਰਡਸ ਇਹ ਵਾਲੇ ਹੈ ਚਲੋ ਜੋ ਵੀ ਹੈ ਬੱਚੇ ਖੁਸ਼ ਹੋਣੇ ਚਾਹੀਦੇ ਨਹੀਂ ਖੁੱਲਿਆ ਕਿਆ ਅੱਛਾ ਹੈ ਨਾ ਬਲੈਕ ਵਾਲਾ ਹੁੰਦਾ ਨਾ ਤੇ ਇਹਦਾ ਮਤਲਬ ਅੱਛਾ ਹੁੰਦਾ ਆ ਬਲੈਕ ਵਾਲਾ ਮਸਤ ਹੈ